ऐसे ਲੋਕ ਵੀ ਹੈਗੇ ਅਮਾਵਾਂ ਨੇ ਪਾਲੇ ਜਵਾਨ ਕੀਤੇ ਵੱਡੇ ਕੀਤੇ ਤਤਿਆਂ ਠੰਡਿਆਂ ਥਾਵਾਂ ਤੋਂ ਆਪਣੇ ਬੱਚਿਆਂ ਨੂੰ ਬਚਾਇਆ ਉਹਨੇ ਮਾਪੇ ਨੂੰ ਸੁੱਖ ਤਾਂ ਕੀ ਦੇਣਾ ਸੀ ਮਾਪੇ ਵਿਚਾਰੇ ਮਗਰ ਮਗਰ ਤੁਰਦੇ ਫਿਰਦੇ ਰਹੇ ਅੱਜ ਨਸ਼ੇਸ਼ਡਾਊ ਕੇਂਦਰਾਂ 'ਚ ਬਜ਼ੁਰਗ ਆਪਣੇ ਬੱਚੇ ਦਾਦੇ ਪੋਤਰਿਆਂ ਨੂੰ ਲੈ ਕੇ ਤੁਰੇ ਫਿਰਦੇ ਨਾਨੀਆਂ ਦੋਤੇ ਦੋਤਿਆਂ ਨੂੰ ਲੈ ਕੇ ਤੁਰੇ ਫਿਰਦੇ ਵੀ ਸਾਡਾ ਬੱਚਾ ਨਸ਼ਾ ਛੱਡ ਦੇਵੇ ਕਿੱਥੇ ਨੌਜਵਾਨ ਨੇ ਆਪਣੇ ਪਰਿਵਾਰ ਦਾ ਭਾਰ ਚੱਕਣਾ ਸੀ ਕਿੱਥੇ ਵਿਚਾਰੇ ਉਤਰਲੇ ਮਾਰਦੇ ਫਿਰਦੇ ਆ ਸਾਡਾ ਇਹ ਕੰਮ ਇਹੋ ਜੇ ਵੀ ਮੈਂ ਬਜ਼ੁਰਗ ਵੇਖੇ ਜਿਹੜੇ ਕਹਿੰਦੇ ਜੀ ਬੇਸ਼ੱਕ ਕੰਮ ਨਾ ਕਰੇ ਇਹ ਘਰੇ ਵਿਹਲਾ ਬੈਠਾ ਰਵੇ ਪਰ ਨਸ਼ਾ ਨਾ ਕਰੇ ਅਸੀਂ ਨੂੰ ਬੈਠੇ ਨੂੰ ਖਵਾਈ ਜਾਵਾਂਗੇ ਮੈਂ ਕਰ ਲੂ ਕੰਮ ਜੀ ਮੈਂ ਜਿੰਨੇ ਜੋਗਾ ਵਾਂ ਸੋਚ ਕੇ ਵੇਖੋ ਹੁਣ ਇਹੋ ਜਿਹਾ ਇਨਸਾਨ ਜਿਹਦਾ ਜਨਮ ਹੀ ਹੋਇਆ ਪਰ ਉਹ ਕਿਸੇ ਦੇ ਕੰਮ ਸਾਰੇ ਬੋਲੋ ਜੀ ਆਇਆ ਹੀ ਕਦੇ ਕੰਮ ਆਇਆ ਹੀ ਨਹੀਂ ਨਾ ਮਾਂ ਦੇ ਕੰਮ ਆਇਆ ਕਈ ਭੈਣਾਂ ਨੇ ਜਿਨ੍ਹਾਂ ਦੇ ਵਿਆਹ ਕਰ ਦਿੱਤੇ ਨਸ਼ੇੜੀਆਂ ਦੇ ਨਾਲ ਉਹ ਵਿਚਾਰੀਆਂ ਦਾ ਸੁਹਾਗਣਾ ਚ ਅੱਛਾ ਜੇ ਕਿਤੇ ਕੱਲ ਨੂੰ ਉਹਦਾ ਦਸਾਂ 20ਾਂ 25 ਸਾਲਾਂ ਬਾਅਦ ਪਤੀ ਚੜ੍ਹਾਈ ਕਰ ਜਾਏ ਤੇ ਪਤਾ ਸਮਾਜ ਕੀ ਆਂਦਾ ਹੈ ਭੈਣੇ ਫਲਾਣੀ ਦਾ ਪਤੀ ਉਹਦੇ ਸਿਰ ਤੋਂ ਸਾਇਆ ਉੱਠ ਗਿਆ ਉਹ ਸਿਰੋਂ ਨੰਗੀ ਹੋ ਗਈ ਉਹਦਾ ਉਹ ਵਿਧਵਾ ਹੋ ਗਈ ਤੇ ਪਤਾ ਮਨ ਚ ਕੀ ਸੋਚਦੀ ਹੈ ਕਹਿੰਦੀ ਤੁਹਾਡੇ ਹਿਸਾਬ ਨਾਲ ਮੈਂ ਅੱਜ ਵਿਧਵਾ ਹੋਈ ਆ ਮੈਂ ਤਾਂ ਬੜੀ ਧੀਰ ਦੀ ਵਿਧਵਾ ਹੋਈ ਆ ਮੈਂ ਤਾਂ ਸੁਹਾਗਣ ਕਦੀ ਹੋਈ ਹੀ ਨਹੀਂ ਸੀ ਉਹ ਤੇ ਸਮਾਜ ਵਿੱਚ ਸੀ ਅਸੀਂ ਲਾਵਾ ਲਈਆਂ ਪਰ ਮੈਨੂੰ ਪੁੱਛ ਕੇ ਵੇਖੋ ਇਸ ਬੰਦੇ ਨੂੰ ਇਹ ਨਹੀਂ ਪਤਾ ਮੇਰੇ ਬੱਚੇ ਕਿੰਨੀਵੀਂ ਕਲਾਸ ਚ ਪੜਦੇ ਨੇ ਕਦੀ ਇਹਨੇ ਫੀਸ ਨਹੀਂ ਤਾਰੀ ਕਦੀ ਇਹਨੇ ਬੱਚਿਆਂ ਦੇ ਖਰਚੇ ਬਾਰੇ ਨਹੀਂ ਪੁੱਛਿਆ ਤੇ ਐਸੇ ਬੰਦਿਆਂ ਨੂੰ ਅਸੀਂ ਪਤਾ ਕੀ ਕਹਿ ਦਿੰਨੇ ਆ ਇਹ ਡੰਗਰ ਹੈ ਇਹ ਪਸ਼ੂ ਹੈ ਤੇ ਗੁਰੂ ਅਮਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਤਾ ਕੀ ਜਾਂਦੀ ਹੈ ਕਦੇ ਪਸ਼ੂ ਮਿਲੈ ਚੰਗਿਆਈਆਂ ਖਾੜ ਖਾਵੇਂ ਅੰਮ੍ਰਿਤ ਦੇ ਜਿਹੜਾ ਬੰਦਾ ਆਪਣਾ ਭਾਰ ਵੀ ਨਾ ਆਪ ਚੁੱਕ ਸਕੇ ਬੱਚਿਆਂ ਦਾ ਤਾਂ ਤਾਂ ਭਾਰ ਚੁਕਣਾ ਬਹੁਤ ਦੂਰ ਦੀ ਗੱਲ ਸੀ ਤੇ ਸਾਡਾ ਸਮਾਜ ਕਈ ਵਾਰ ਉਹਨੂੰ ਡੰਗਰ ਕਹਿ ਦਿੰਦਾ ਪਸ਼ੂ ਕਹਿ ਦਿੰਦਾ ਤੇ ਲਾਗੇ ਪਸ਼ੂ ਬੱਜੇ ਜੇਕਰ ਤੇ ਸੱਚੀ ਬੋਲਦੇ ਹੋਣ ਨਾ ਉਹ ਸਾਡੇ ਤੇ ਕੇਸ ਕਰ ਦੇਣ ਉਹ ਕਹਿਣਾ ਉਹ ਉਹ ਤੁਸੀਂ ਉਸ ਬੰਦੇ ਨੂੰ ਪਸ਼ੂ ਕਹਿ ਤਾ ਅਸੀਂ ਤਾਂ ਫੇਰ ਵੀ ਚੰਗੇ ਆ ਚਾਰ ਪੰਜ گاਵਾ ਮੱਝਾਂ ਕਿਸੇ ਕਿਸਾਨ ਨੇ ਰੱਖੀਆਂ ਹੋਣ ਨਾ ਉਹਨਾਂ ਨੂੰ ਰਾਤ ਪੱਠੇ ਪਾਈਏ ਤੇ ਸਵੇਰੇ 8 7 10 ਲੀਟਰ ਦੁੱਧ ਬਾਲਟੀ ਭਰ ਦਿੰਦੀਆਂ ਉਹਦਾ ਦੁੱਧ ਵੇਚ ਕੇ ਅਗਲਾ ਆਪਣੇ ਘਰ ਰਾਸ਼ਨ ਵੀ ਲੈ ਕੇ ਆਉਂਦਾ ਉਹਦਾ ਦੁੱਧ ਵੇਚ ਕੇ ਆਪਣੇ ਬੱਚਿਆਂ ਦੀ ਫੀਸਾਂ ਵੀ ਤਾਰਦਾ ਉਹਦਾ ਦੁੱਧ ਵੇਚ ਕੇ ਆਪਣੇ ਗੱਡੀ ਦੀ ਕਿਸ਼ਤ ਵੀ ਤਾਰਦਾ ਤੇ ਮੱਝਾਂ ਚਾਰ ਪੰਜ ਪੂਰੇ ਪਰਿਵਾਰ ਦਾ ਖਰਚਾ ਚੱਕਦਿਆਂ ਨੇ ਤੇ ਤੁਸੀਂ ਇੱਕ ਨਕੰਮੇ ਬੰਦੇ ਨੂੰ ਪਸ਼ੂ ਕਹਤ ਆ ਇਹ ਪਸ਼ੂ ਦਾ અપਮਾਨ ਐ ਪਸ਼ੂ ਤਾਂ ਫਿਰ ਵੀ ਪਸ਼ੂ ਮਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੂਨੇ ਆਦਮੀ ਤ੍ਰਿਗ ਜੀਵਣਾ ਅਸ਼ਾ ਆਪਾਂ ਜਿਹੜਾ ਉਹਨੂੰ ਪਸ਼ੂ ਕਿਹਾ ਉਹਨੇ ਗੁੱਸਾ ਕੀਤਾ ਨਾ ਤੇ ਪਸ਼ੂ ਵੀ ਗੁੱਸਾ ਕਰਕੇ ਬੈਠੇ ਵੀ ਤੁਸੀਂ ਇਹਨੂੰ ਪਸ਼ੂ ਕਿਉਂ ਕਿਹਾ ਉਹ ਬੋਲੋ ਭਾਈ ਜਿਹੜਾ ਨਕਮਾ ਬੰਦਾ ਹੋਵੇ ਆਪਾਂ ਨੂੰ ਕਹਿੰਦੇ ਡੰਗਰ ਪਸ਼ੂ ਅਸ਼ਾ ਉਹ ਬੰਦਾ ਗੁੱਸਾ ਕਰਕੇ ਬੈਠਾ ਨਾ ਵੀ ਮੈਨੂੰ ਤੁਸੀਂ ਪਸ਼ੂ ਕਿਉਂ ਕਿਹਾ ਮੇਰੇ ਵਾਸਤੇ ਚੰਗਾ ਸ਼ਬਦ ਬੋਲੋ ਤੇ ਪਸ਼ੂ ਇਸ ਗੱਲ ਤੇ ਗੁੱਸਾ ਕਰਕੇ ਬੈਠਾ ਵੀ ਤੁਸੀਂ ਇਹਨੂੰ ਪਸ਼ੂ ਕਿਉਂ ਕਹਤਾ ਇਹਦੇ ਲਈ ਕੋਈ ਹੋਰ ਨਵਾਂ ਸ਼ਬਦ ਲੱਭੋ ਕਿਉਂਕਿ ਤੁਸੀਂ ਇਹਨੂੰ ਪਸ਼ੂ ਕਹਿ ਕੇ ਮੇਰੀ ਬੇਇੱਜ਼ਤੀ ਕੀਤੀ ਆ ਕਿਉਂਕਿ ਮੇਰਾ ਦੁੱਧ ਵੇਚ ਕੇ ਤਾਂ ਇਹ ਘਰ ਦਾ ਗੁਜ਼ਾਰਾ ਕਰਦੇ ਆ ਇਹ ਤਾਂ ਆਪਣੀ ਘਰਵਾਲੀ ਨੂੰ ਮਾਰ ਕੁੱਟ ਕੇ ਜਿਹੜੇ ਚਾਰ ਪੈਸੇ ਉਹਨੇ ਲੋਕਾਂ ਦੇ ਬਰਤਨ ਮਾਂਜ ਕੇ ਇਕੱਠੇ ਕੀਤੇ ਆ ਉਹ ਵੀ ਖੋਹ ਕੇ ਤੇ ਆਪਣਾ ਨਸ਼ਾ ਪੂਰਾ ਕਰ ਲੈਂਦਾ ਵਾ ਇਹ ਸਾਡੇ ਸਮਾਜ ਦੇ ਹਾਲਾਤ ਨੇ ਇਸ ਨਰਕ ਭਰੀ ਜ਼ਿੰਦਗੀ ਚੋਂ ਕੌਣ ਬਾਹਰ ਕੱਢ ਸਕਦਾ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦੀ ਵਿਚਾਰ ਤੇ ਗੁਰੂ ਦੇ ਸਿਧਾਂਤ ਨੂੰ ਆਪਣੇ ਪੱਲੇ ਬੰਨ੍ਹ ਕੇ ਅਸੀਂ ਬੁਰਾਈ ਨਾਲ ਲੜਨਾ ਵਾ ਅਸੀਂ ਨਸ਼ੇ ਦੇ ਜਿਹੜੇ ਤਸਕਰ ਨੇ ਵੱਡੇ ਵੱਡੇ ਇਹਨਾਂ ਦੇ ਕਾਰੋਬਾਰ ਫੇਲ ਕਰ ਸਕਦੇ ਜੇ ਅੱਜ ਪ੍ਰਣ ਕਰ ਲਈਏ ਵੀ ਮੈਂ ਨਸ਼ੇ ਲਾਗੇ ਨਹੀਂ ਜਾਣਾ ਜੋ ਮਰਜ਼ੀ ਹੋ ਜਾਏ ਕੋਈ ਧੱਕੇ ਨਾਲ ਸਾਡੇ ਮੂੰਹ 'ਚ ਨਸ਼ਾ ਪਾ ਦੇਗਾ ਜੀ ਨਹੀਂ ਪਾਏਗਾ ਜਦੋਂ ਅਸੀਂ ਇਸ ਦਲਦਲ ਵਿੱਚੋਂ ਤੇ ਗੁੱਸਾ ਨਾ ਮਨਾਇਓ ਅੱਜ ਬਹੁਤ ਕੁਝ ਅਖੌਤੀ ਧਾਰਮਿਕ ਲੋਕ ਪੋਲਿਟਿਕਲ ਲੋਕਾਂ ਦੇ ਨਾਲ ਰਲ ਕੇ ਨਸ਼ਿਆਂ ਦੀਆਂ ਤਸਕਰੀਆਂ ਕਰਾ ਰਹੇ ਬੜੇ ਡੇਰੇਦਾਰਾਂ ਦੇ ਕੋਲ ਚਲੇ ਜਾਓ ਤੁਸੀਂ ਉੱਥੇ ਵੀ ਇਦਾਂ ਪੁੱਛਦੇ ਸੁੱਕਾ ਪ੍ਰਸ਼ਾਦ ਲੈਣਾ ਕਿ ਗਿੱਲਾ ਪ੍ਰਸ਼ਾਦ ਲੈਣਾ ਇਸ ਸੁੱਕਾ ਗਿੱਲਾ ਸਮਝਦੇ ਹੋਣ ਤੁਸੀਂ ਕਿਹੜਾ ਸੁੱਕਾ ਭੁਖੀ ਤੇ ਗਿੱਲਾ ਫੀਮ ਕਿਹੜਾ ਪ੍ਰਸ਼ਾਸ਼ਕ ਹੋਗੇ ਇਹ ਵੀ ਮਿਲਦਾ ਜੀ ਕਈਆਂ ਮਹਾਪੁਰਖਾਂ ਕੋਲੋਂ ਇਹ ਵੀ ਹੈਗੇ ਪੰਜਾਬ ਚ ਡੇਰੇ ਅੱਛਾ ਜਿਹੜੇ ਆ ਘਰ ਕੰਮ ਕਰਨ ਤੋਂ ਕੰਨੀ ਕਿ ਤਣਾਉਦੇ ਆ ਨਾ ਉਹ ਕਿੱਦਾਂ ਜਾ ਕੇ ਉੱਥੇ ਵੇਖੋ ਸੇਵਾ ਕਰਦੇ ਆ ਹੁਣ ਘਰ ਬੰਦੇ ਨੂੰ ਇੱਕ ਮੱਝ ਨੂੰ ਪੱਠੇ ਪਾਉਣ ਲੱਗਿਆ ਮੌਤ ਪੈਂਦੀ ਆ ਉੱਥੇ ਸਾਰੀ ਦਿਹਾੜੀ ਕਈ ਫੇਰੀ ਜਾਂਦਾ ਕੀ ਪਤਾ ਕੀ ਚਾਰਜ ਪਾਉਂਦੇ ਅਗਲੇ ਉਹ ਬੋਲੋ ਪਿਆਰਿਓ ਫੇਰ ਪਤਾ ਕੀ ਆਉਂਦੇ ਆ ਆ ਦੋ ਦਿਨ ਸੇਵਾ ਕਰਕੇ ਆ ਨਾ ਲੱਤ ਦੁਖੀ ਨਾ ਬਾਹ ਦੁਖੀ ਘਰ ਆਣ ਕੇ ਸਰੀਰ ਜਿਆ ਵੱਡਾ ਦੁਖਦਾ ਇਹ ਮੇਰਾ ਸੁਝਾਅ ਆ ਮੈਂ ਤੇ ਹਰ ਸਟੇਜ ਤੇ ਬੋਲਦਾ ਹਾਂ ਨਾ ਵੀ ਇੱਕ ਵਾਰੀ ਚਾਹ ਹੀ ਚੈੱਕ ਕਰਾ ਲਓ ਉਹਨਾਂ ਦੀ